ਕਿਹੜੀ ਡਾਇਰੈਕਸ਼ਨ ਸੁਪਰੀਮ ਕੋਰਟ ਦਾ ਆਰਡਰ ਸੁਪਰੀਮ ਕੋਰਟ ਦਾ ਆਰਡਰ ਆਰਡਰ ਹੀ ਨਹੀਂ ਉਹ ਉਹ ਮੰਨਣ ਯੋਗ ਹੀ ਨਹੀਂ ਹੁਣ ਦੇਖੋ ਹਵਾ ਜੀ ਉਹ ਤਾਂ ਤੁਸੀਂ ਯਾਰ ਮੈਂ ਕਹਿੰਦਾ ਇਹ ਹਵਾ ਜਾ ਇਹ ਹਵਾ ਜਾ ਜੇ ਅਸੀਂ ਗੱਲ ਕਰਦੇ ਤਾਂ ਹਵਾ ਜਾ ਤੁਸੀਂ ਦੇਖੋ ਤੁਸੀਂ ਦੋ ਮਸਲੇ ਨੇ ਮਸਲਿਆਂ ਦੀ ਗੱਲ ਕਰ ਰਹੇ ਦੋ ਮਸਲੇ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਸਰਕਾਰ ਨੇ ਲਾਗੂ ਨਹੀਂ ਕੀਤਾ ਠੀਕ ਹੈ ਇਹ ਕਿਹੜਾ ਵਾਲਾ ਫੈਸਲਾ ਨੈਸ਼ਨਲ ਗ੍ਰੀਨ ਦਾ ਫੈਸਲਾ ਹੁਣ ਪਾਰਟਿਕੂਲਰ ਹੋ ਜਾਏਗਾ ਦੱਸੋ ਨੰਬਰ ਦੱਸੋ ਮੈਨੂੰ ਫੈਸਲੇ ਦਾ ਦੱਸੋ ਕਿਹੜਾ ਨੰਬਰ ਐ ਕਰ ਤੁਸੀਂ ਜਿਆਦਾ ਤੁਸੀਂ ਯਾਰ ਜਾਣਨੀ ਹੋ ਤੁਸੀਂ ਦੱਸੋ ਮੈਂ ਸਾਰਾ ਕੁਝ ਮੈਂ ਹੁਣ ਇੰਨੇ ਚਿਰ ਕਢਾ ਦੂੰਗਾ ਬੋਰਡ ਨੂੰ ਫੋਨ ਕਰਕੇ ਕਹੀ ਕਿ ਮੈਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਫੈਸਲੇ ਦੀ ਕਾਪੀ ਭੇਜ ਉਹ ਜਿਹੜਾ 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 ਭਗਵੰਤ ਮਾਨ ਰੋਜ਼ ਰੌਲਾ ਪਾਉਂਦਾ ਹੈ ਆ ਬਾਰਵਾਂ ਕਲੌਜ ਆ ਬਾਰਵਾਂ ਕਲੌਜ ਆ ਜਿਹੜਾ ਇਹ ਕਹਿੰਦਾ ਹੈ ਕਿ ਸਰਕਾਰ ਪ੍ਰਬੰਧ ਕਰੇਗੀ ਉਹ ਬਾਰਵਾਂ ਕਲੌਜ ਆ ਉਹਦਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਫੈਸਲੇ ਦਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਬੜਾ ਕਲੀਅਰ ਕੱਟ ਕੇ ਹੈ ਕਿ ਪਰ ਇੰਸੀਡੈਂਟ ਅਗਰ ਕੋਈ ਛੋਟਾ ਕਿਸਾਨ ਅੱਗ ਲਾਉਂਦਾ ਹੈ ਤਾਂ ਉਹਨੂੰ 2500 ਰੁਪਈਆ ਜੁਰਮਾਨਾ ਕੀਤਾ ਜਾ ਸਕਦਾ ਹੈ ਬਟ ਨਾਲ ਇਹ ਆ ਕਿ ਉਹਨੂੰ ਆਹਾ ਨੂੰ ਸਪੋਰਟ ਦਿੱਤੀ ਹੋਵੇ ਸਪੋਰਟ ਮੈਂ ਦੱਸਾਂ ਹੁਣ ਕੀ ਕੀ ਦੇ ਰਹੇ ਹਾਂ ਮੈਂ ਪੁੱਛੂੰਗਾ ਇਹੀ ਗੱਲਾਂ ਕਰਨਾ ਇੱਥੇ ਇਕੱਠੇ ਹੋਏ ਹਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕਿਹਾ ਜੇ ਇਹਦੇ ਉੱਪਰਲਾ ਕਿਸਾਨ ਹੈ ਕੋਈ ਤਾਂ ਉਹਨੂੰ 5000 ਰੁਪਏ ਪਰ ਇੰਸੀਡੈਂਟ ਜੁਰਮਾਨਾ ਕੀਤਾ ਜਾ ਸਕਦਾ ਪਰ ਉਹਨੂੰ ਆਹ ਸਪੋਰਟ ਦਿੱਤੀ ਹੋਵੇ 15000 ਰੁਪਈਆ ਜੁਰਮਾਨਾ ਕੀਤਾ ਜਾ ਸਕਦਾ ਪਰ ਉਹਨੂੰ ਆਹ ਸਪੋਰਟ ਦਿੱਤੀ ਹੋਵੇ ਇਹ ਕਿਹਾ ਇਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਹੈ ਜਦੋਂ ਤੁਹਾਡੀ ਕਲਮ ਸਾਡੇ ਤੇ ਚੱਲਣੀ ਹੈ ਨਾ ਉਦੋਂ ਇਵੇਂ ਚੱਲਣੀ ਹੈ ਕਿ ਆਹ ਦੇਖੋ ਜੀ ਪਰ ਇੰਸੀਡੈਂਟ 2500 ਜੁਰਮਾਨਾ ਲਾਤਾ ਪਰ ਇੰਸੀਡੈਂਟ 5000 ਇਹਨੇ ਇੰਨੇ ਤੋਂ ਵੱਧ ਸਾਰਿਆ ਇਹਨੂੰ ਇੰਨੇ ਦਾ ਜੁਰਮਾਨਾ ਲਾਤਾ ਆ ਇਹਦੂ ਵੱਧ ਜ਼ਮੀਨ ਸੀ ਉਹਨੂੰ ਇਹਨੇ ਅੱਗ ਲਾਈ ਹੈ ਇਸ ਕਰਕੇ ਇਹਨੂੰ 15000 ਰੁਪਈਆ ਜੁਰਮਾਨਾ ਲਾਤਾ ਇਹ ਤੁਹਾਡੀ ਕਲਮ ਨੇ ਕਹਿਣਾ ਹੈ ਪਰ ਤੁਹਾਡੀ ਕਲਮ ਨੇ ਇਹ ਕਿਉਂ ਨਹੀਂ ਕਿਹਾ ਕਿ ਕਿਸਾਨ ਨੂੰ ਦੇਣਾ ਹੈ ਕਿੰਨੇ ਕਿਸਾਨਾਂ ਨੂੰ ਦਿੱਤਾ ਹੈ ਜੀ ਤੁਸੀਂ ਐਤਕੀ ਪਤਾ ਕੀ ਸ਼ਰਤ ਸੀ ਤੁਹਾਡੀ ਐਤਕੀ ਸ਼ਰਤ ਇਹ ਸੀ ਕਿ ਆਹ ਜਿਹੜੇ ਸੰਦ ਦੇਣੇ ਆ ਨਾ ਕਿਸਾਨਾਂ ਨੂੰ ਇਹ ਉਹਨਾਂ ਕਿਸਾਨਾਂ ਨੂੰ ਸੰਦ ਮਿਲਣਗੇ ਜਿਨ੍ਹਾਂ ਦਾ 15 ਲੱਖ ਦਾ ਟਰਨਓਵਰ ਚਲਦੀ ਹੋਏਗੀ ਉਹ ਜੇ ਆ 2 ਕਿੱਲਿਆਂ ਵਾਲਾ 15 ਲੱਖ ਦੀ ਟਰਨਓਵਰ ਚਲਾਉਣ ਜੋਗਰਾ ਹੋਵੇ ਜੇ 15 ਲੱਖ ਦੀ ਟਰਨਓਵਰ ਚਲਾਉਣ ਜੋਗਰਾ ਤਾਂ ਫਿਰ ਤਾਂ ਲੋੜ ਹੀ ਨਹੀਂ ਸਾਹਿਬ ਦੀਵਾਲੀ ਦੀ ਆਪਣੀ ਵਕੇਸ਼ਨ ਬਣਾ ਸਕਦਾ ਸੀਗਾ ਅੱਜ ਅਸੀਂ ਖੜੇ ਆ ਨਾਲ ਤੇ ਇਹ ਨਾ ਸੋਚੋ ਕਿ ਇਹ ਸਿਰਫ ਤੁਹਾਨੂੰ ਅਫੈਕਟ ਕਰ ਰਹੀ ਹੈ ਸਾਨੂੰ ਵੀ ਅਫੈਕਟ ਕਰਦੀ ਹੈ ਸਾਡਾ ਵੀ ਜੀ ਖਰਾਬ ਹੁੰਦਾ ਸਰਕਾਰ ਦਾ ਵੀ ਖਰਾਬ ਹੁੰਦਾ ਬਾਕੀ ਜਿਹੜੇ ਹੋਰ ਸ਼ਹਿਰਾਂ 'ਚ ਬੰਦੇ ਵੱਸਦੇ ਨੇ ਉਹਨਾਂ ਦਾ ਵੀ ਖਰਾਬ ਹੁੰਦਾ ਪਿੰਡਾਂ ਦਾ ਹੀ ਹੁੰਦਾ ਸੋ ਇੱਥੇ ਅੱਗ ਲਾਉਂਦੇ ਹੋ ਇਹ ਧੂੰਆਂ ਕਿੱਥੇ ਜਾਂਦਾ ਆਪਣੇ ਘਰਾਂ 'ਚ ਵੜਦਾ ਠੀਕ ਹੈ ਨੰਬਰ 1 ਨੰਬਰ 2 ਜਿਹੜੀ ਤੁਸੀਂ NJT ਦੀ ਕਹਿ ਰਹੇ ਹੋ ਜੀ ਡਾਇਰੈਕਸ਼ਨ ਹੈਗੀਆਂ ਜਿਹੜੀ ਸਪੈਸੀਫਿਕ ਸਰਕਾਰ ਦੀਆਂ ਹੈਗੀਆਂ ਦੇਖੋ ਤੁਸੀਂ ਸੰਘਰਸ਼ ਕਰਦੇ ਹੋ ਸਾਡੇ ਕੋਲ ਵੀ ਆਉਂਦੇ ਹੋ ਸਾਡੇ ਨਾਲ ਰਾਬਤਾ ਵੀ ਕਾਇਮ ਕਰਦੇ ਹੋ ਬਾਰ ਬਾਰ ਸਾਡੇ ਕੋਲ ਆਉਂਦੇ ਹੋ ਅਸੀਂ ਤੁਹਾਡੀ ਆਵਾਜ਼ ਅੱਗੇ ਨੂੰ ਲੈ ਕੇ ਜਾਂਦੇ ਇਹ ਸਾਡਾ ਕੰਮ ਹੈ ਜੋ ਸਰਕਾਰ ਸੋਚ ਸਕਦੀ ਹੈ ਕਰ ਸਕਦੀ ਹੈ ਸਰਕਾਰ ਨੂੰ ਟਾਈਮ ਲੱਗਦਾ ਹੈ ਸਰਕਾਰ ਕਰਦੀ ਹੈ ਤੇ ਹੁਣ ਮੈਨੂੰ ਕੰਪਲੀਟ ਕਰਨ ਦਿਓ ਮੈਂ ਤੁਹਾਡੇ ਸੇ ਮੈਂ ਬੋਲੇ ਨਹੀਂ ਨਾ ਨਾ ਕੰਪਲੀਟ ਕਰਨ ਦਿਓ ਇਸ ਵੇਲੇ ਸਰਕਾਰ ਨੇ ਨਾ ਬਹੁਤੀ ਇਨਸੀਟੂ ਮੈਨੇਜਮੈਂਟ ਵਾਸਤੇ ਕਿੰਨੀਆਂ ਮਸ਼ੀਨਾਂ ਪਿੰਡਾਂ ਦੇ ਵਿੱਚ ਦਿੱਤੀਆਂ ਹੋਈਆਂ ਹੈਗੀਆਂ ਠੀਕ ਹੈ ਸਾਰਿਆਂ ਨੂੰ ਸਪੈਸ਼ਲ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਕਿਹਾ ਕਿ 5 ਕਿੱਲੇ ਤੋਂ ਥੱਲੇ ਜਿਹੜਾ ਵੀ ਛੋਟਾ ਕਿਸਾਨ ਆ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ 2 ਕਿੱਲੇ ਵਾਲਾ ਕਿਸਾਨ ਹੈ ਇਹ ਉੱਥੇ ਜਾ ਕੇ ਆਪਣੀ ਸੰਦ ਲੈ ਸਕਦਾ ਸੀਗਾ ਇਨਸੀਟੂ ਮੈਨੇਜ ਕਰ ਸਕਦੇ ਇੱਥੇ ਲੈ ਸਕਦਾ ਜਿਹੜੀ ਕੋਆਪਰੇਟਿਵ ਸੋਸਾਇਟੀ ਨਾਲ ਉਹ ਨਹੀਂ ਲੈ ਜਿਹੜੇ ਕੋਆਪਰੇਟਿਵ ਸੋਸਾਇਟੀ ਕੋਲ ਮੇਰਾ ਦਵਾਓ 1 ਮਿੰਟ ਮੈਨੂੰ ਗੱਲ ਕਰਨ ਹੁਣ ਦਵਾਓ ਸਾਨੂੰ ਬੋਲੇ ਵਾਲਾ ਕੋਆਪਰੇਟਿਵ ਸੋਸਾਇਟੀ 1 ਮਿੰਟ ਬਾਬਾ ਜੀ ਗੱਲ ਕਰਨ ਕਰਦੇ ਚੱਕੋ ਜ਼ਿੰਮੇਵਾਰੀ ਵੀ ਸਾਡੀ ਅਜੀ ਕਰਦੇ ਆ ਨਾ ਗੱਲ ਮਿਲਦਾ ਹੀ ਨਹੀਂ ਜੀ ਸੰਦ ਸਾਨੂੰ ਛੋਟੇ ਜ਼ਿਮੀਦਾਰਾਂ ਨੂੰ ਮਿਲਦੇ ਹੀ ਨਹੀਂ ਜੀ ਬਿਲਕੁਲ ਹੁਣ ਇਸ ਗੱਲ ਦਾ ਦੇਖੋ ਤੁਸੀਂ ਮਸਲੇ ਨਹੀਂ ਕਰਦੇ ਡਿਸਕਸ ਆਪਾਂ ਇਹ ਕਹਿ ਰਹੇ ਕਿ ਆਪਾਂ ਇਹ ਆਪਾਂ ਉਪਰਾਲੇ ਤੁਹਾਡੇ ਵਾਸਤੇ ਕਰ ਰਹੇ ਨੇ ਠੀਕ ਹੈ ਹੁਣ ਜ਼ਮੀਨੀ ਲੈਵਲ ਤੇ ਜੇਕਰ ਕਿਤੇ ਇਸ਼ੂ ਆ ਰਿਹਾ ਕਿ ਕੋਈ ਕੋਆਪਰੇਟਿਵ ਸੋਸਾਇਟੀ ਵਾਲੇ ਕੋਈ ਵੱਡਾ ਕਿਸਾਨ ਨਹੀਂ ਦੇ ਰਿਹਾ ਛੋਟੇ ਕਿਸਾਨ ਦੀ ਹੈਲਪ ਨਹੀਂ ਕਰ ਰਿਹਾ ਇਸੇ ਕਰਕੇ ਸਾਡੇ ਜਿਹੜੇ ਨੋਡਲ ਅਫਸਰ ਨੇ ਕਲਸਟਰ ਅਫਸਰ ਨੇ SDM ਸਾਹਿਬਾਨ ਨੇ ਉਹ ਤੁਹਾਡੇ ਵਾਸਤੇ ਬੈਠੇ ਨੇ ਇਹ ਕੋਈ ਬਲੇਮ ਗੇਮ ਨਹੀਂ ਚੱਲ ਰਿਹਾ ਕਿ ਤੁਸੀਂ ਅੱਗ ਲਾਈ ਹੈ ਤੇ ਤੁਸੀਂ ਜ਼ਿਆਦਾ ਮਾੜੇ ਹੋ ਮੈਂ ਬਹੁਤ ਵਧੀਆ ਜੇਕਰ ਮੇਰੇ ਏਰੀਆ ਭਈ ਇੰਨੇ ਅਫਸਰਾਂ ਦਾ ਕੋਈ ਪੜਿਆ ਲਿਖਿਆ ਜਾਣ ਨਾ ਭਈ ਪਲੀਜ਼ ਤੁਸੀਂ ਨਾ ਬੋਲਿਓ ਹੁਣ ਜੇਕਰ ਮੇਰੇ ਏਰੀਆ 'ਚ ਮੇਰੇ ਜਿੱਥੇ ਮੇਰੀ ਜੁਰਿਸਡਿਕਸ਼ਨ ਹੈ ਉੱਥੇ ਅੱਗ ਲੱਗ ਰਹੀ ਹੈ ਤਾਂ ਮੈਂ ਵੀ ਉਨਾ ਹੀ ਰਿਸਪੋਨਸਿਬਲ ਹਾਂ ਮੇਰੇ ਤੇ ਵੀ ਉਹੀ ਕੰਮ ਚੱਲਣਾ ਲੱਗੂ ਕਿ ਦੇਖੇ ਤੁਹਾਡੇ ਏਰੀਆ 'ਚ ਅੱਗ ਲੱਗ ਰਹੀ ਹੈ ਕੀ ਤੁਸੀਂ ਕਿਸਾਨਾਂ ਦੀ ਸੇਵਾ ਨਹੀਂ ਕਰਦੇ ਹੋ ਹੈਲਪ ਨਹੀਂ ਕਰਦੇ ਹੋ ਤਾਂ ਹੁਣ ਉਸ ਤੇ ਮੈਨੂੰ ਕੰਪਲੀਟ ਕਰ ਲਓ ਕੰਪਲੀਟ ਕਰ ਲਓ ਕੰਪਲੀਟ ਕਰ ਲਓ ਤੇ ਇੱਥੇ ਮੈਂ ਕੋਈ ਦੇਖੋ ਬਹਿਸ ਨਹੀਂ ਆਇਆ ਆਪਾਂ ਇੱਕ ਗੱਲਬਾਤ ਸਿੰਪਲ ਵਿਚਾਰ ਆਪਾਂ ਸਾਂਝੇ ਕਰਨ ਆਏ ਆ ਤੇ
जिथे तक वह गल है कि जमीनी लैवल से नहीं इंप्लीमेंट हो रहा है, कुछ पिंड योजे हो सकते हैं जिथे कोऑपरेटिव सोसायटी किसी होर पिंड की लगती हो भी हो सकता कि कुछ मल्टीपल चीजा कर रहे बारो गल करनिया बहुत सौखिया होंगे ने जे आ नहीं होया ए नहीं होया लेकिन आप देखो मतलब ना सानू कोऑपरेटिव सोसायटी तो संद मिलिया सुनो मेरी गल थोड़ा नोडल अफसर कल इथे आया बलदेव सिंह जिहड़ा नाम दस्सिया बलदेव कुमार आ मेरा ख्याल है ओनू असि क्या के सर एक बारी आयो किथे हो तुसी वधिया मैनू चंगा लग्या तुसी मेरे पिंड आयो आपां चाह पानी पीने आ नाले ओदा हल करदे आ जिहड़ा ओ मुंडे नूं अज अग लाउणी पैणी आ मैं किहा प्रधान जी एक मेरी बेनती है यार तां यार तेरी बेनती बात सुन लवांगे तेरी बेनती सुननी आयो मैं जिहड़ी गल करदा सीगा कि तुहाडे नोडल अफसर नूं असीं रिक्वेस्ट कीती कि सर आओ इहदा हल लभीए की आ नोडल अफसर मैनूं कहिंदा प्रधान जी दिवाली आ मैनूं जाण दिओ तुसीं मतलब प्लीज ना मैं कहा भी नहीं देखो गल है उहनूं अग लाउणी है जा आ जाओ नहीं फिर ओरी अग लगूगी ठीक है तो आड़ा नोडल अफसर कहता जी प्रधान जी जिम्मे निबड़ता निबेड़ स्यापा एक नहीं है सैकड़े ने तुहानू इस गल दा कदे शिकायत आई है आई नहीं मैं दसदा खड़े मैं यही मैं कहनी तुहाडे कोल आ गए तुसी सानू फीडबैक दे रहे हो इहदे नालों वड्डा फीडबैक होर की होगा हुण अगली गल होर रुकियो एक गल होर रुकियो असी गल कीती मशीन वालिआं नाल कि तुसी भी की गल है जिहड़े जदों तुसी अगले तो एक रीपर मरवा दिंदे हो बाद दे विच तुसी उहनू चकदे नहीं ओह कहिंदे जी साडे कोलों अगे इंडस्ट्री नहीं चक रही करिए कि फैक्ट्री वाले चकदे ही नहीं मशीना दे मालक जिन्हां ने ठेके लेने बेलर आले जेकर इहो जिहा बेलर कोई तुहाडे कोल हैगा तुसी काइंडली मैं तुहानू रिक्वेस्ट कर रहा कि जेकर क्लस्टर अफसर तुहाडे कोल नहीं सपोज इह सानू नहीं दसदा एक सिचुएशन हो सकदी है कि चलो पिंड च आ गए तुहाडे नाल गलबात हो गई है ना उन्हें अगे नहीं गां दसिया एस डी एम तो तुहाडे कोल बैठा है है ना जिवें हुण मैं तुहाडे कोल आ गया चलो मैनूं मौका मिलिया तुहाडे पिंड आ के तुहाडे नाल गलबात हो गई सीधी गल्लां पता लगियां तुसीं कह रहे हो जी कोऑपरेटिव तो सुनना नहीं मिल रहियां जो भी गल्लां हैगियां चलो उहनां दा हल कड्ढण वास्ते बैठे हां इक गल होर है इत्थे डांग फराण वास्ते थोड़ा ना बैठे नहीं हल कड्ढण वास्ते मैं जिहड़ी गल करदा वी जे कर आपां इहनां दा हल लभणा जां हल कड्ढणा सच्चू ही होंदे नाल हल कड्ढणा है इह सोच ठीक है हल कड्ढणा है उस्ते आईए जे हल कड्ढणा है ਤਾਂ ਆਪਾਂ ਪਹਿਲਾਂ ਤਾਂ ਆਓ ਮੈਂ ਹੁਣੇ ਜਾ ਕੇ ਆਇਆ ਉਸ ਮੰਡੀ ਚੋਂ ਸ਼ੈਲਰ ਦਾ ਮਾਲਕ ਆ ਕੀ ਹੈ ਪੁੱਤਰੋ ਦਾ ਨਾਮ ਬੰਸਲ ਰਾਈਸ ਮਿਲ ਬੰਸਲ ਰਾਈਸ ਮਿਲ ਰਾਈਸ ਮਿਲ ਤੇ ਸਤਪਾਲ ਸਾਧਾ ਵਾਲੇ ਮੰਡੀ ਚੋਂ ਜਾ ਕੇ ਆਇਆ ਉਹ ਵੀਡੀਓ ਦਿਖਾਇਓ ਜਿਹਦੇ ਚ 11 ਆਪਣਾ 13 14 15 ਮੌਸ਼ਰ ਤਾਂ 15 ਆ ਰਿਹਾ ਸਰ 13 ਆ ਰਿਹਾ ਉਹ ਚੱਕ ਹੀ ਨਹੀਂ ਰਹੇ बाकी जेडे थोड़े छोटे बेलर उन्हां दा माल ही नहीं चलवा रहा घरे खड़े अगले मॉइस्चर 13 या 14 मान लो जिहदा 14 मॉइस्चर है 17 दे तुलना सी मैक्सिमम 17 दे ने तुलना सी 13 मॉइस्चर या 14 मॉइस्चर आ गया जिहदा 14 3 किलो झोना जिमीदार दा वध तुल गया ना महाराज उत्थे तुसी किथे गए साडा प्रशासन किथे है साडा डीसी किथे है साडा एडीसी किथे है साडा एसडीएम किथे है मैं कमाल की गल हैरान हाँ इस गल तो
भगवंत मान नू भी मर जान दो इन कलिया लेना सार लेनी तुम इतने खड़ो दो मिनट मैं थोड़े सामने लेना आग लगा इन करो फिर तुम दसो जी पोल्यूशन किन्ना होंगे आप अखा के सामने पता तो लगे भी पोल्यूशन होंगे।